ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਰੇਲ ਰੋਕੋ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੇਲ ਦਾ ਚੱਕਾ ਜਾਮ ਕੀਤਾ ਗਿਆ ਹੈ। ਅਸੀਂ ਇਸ ਵੇਲੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਖੜ੍ਹੇ ਹਾਂ। ਰੇਲਸ ਜਿਹੜੀਆਂ ਟ੍ਰੇਨਸ ਨੇ ਆਪਣੇ ਟਾਈਮ 'ਤੇ ਜਾਣ ਲਈ ਤਿਆਰ ਨੇ, ਪਰ ਕਿਸਾਨ ਜਿਹੜੇ ਨੇ ਉਹਨਾਂ ਰੇਲ ਦੇ ਅੱਗੇ ਆ ਕੇ ਬੈਠ ਗਏ ਨੇ ਔਰ ਟ੍ਰੇਨਸ ਉੱਥੇ ਦੀਆਂ ਉੱਥੇ ਰੁਕ ਗਈਆਂ ਨੇ। 12 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਜਿਹੜਾ ਸੱਦਾ ਸੀਗਾ ਉਸ ਦੇ ਤਹਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਰੇਲ ਜਿਹੜੀ ਹੈ ਰੋਕੀ ਗਈ ਹੈ। ਔਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ, ਯਾਤਰੂ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਪਰੇਸ਼ਾਨ ਹੋ ਰਹੇ ਨੇ, ਕਿਉਂਕਿ ਉਹਨਾਂ ਦੀ ਜਿਹੜੀ ਟ੍ਰੇਨ ਹੈ ਉਹ ਸਮੇਂ ਸਿਰ ਨਹੀਂ ਜਾਏਗੀ। ਹੁਣ ਜਿਹੜੀ ਟ੍ਰੇਨ ਇੱਥੋਂ ਜਾਏਗੀ ਉਹਦਾ ਸਮੇਂ ਜਿਹੜਾ 4 ਵਜੇ ਦਾ ਹੈ। ਸੋ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਰਕੁਨ, ਉਹਦੇ ਇੱਕ ਕਿਸਾਨ ਮੌਕੇ 'ਤੇ ਸਟੇਸ਼ਨ ਦੇ ਰੇਲ ਲਾਈਨਸ 'ਤੇ ਬੈਠੇ ਨੇ ਔਰ ਜਿਹੜੀਆਂ ਟ੍ਰੇਨਸ ਇੱਧਰੋਂ ਜਾਣ ਵਾਲੀਆਂ ਸੀਗੀਆਂ ਉਹ ਉੱਥੇ ਹੀ ਰੋਕ ਦਿੱਤੀਆਂ ਗਈਆਂ ਨੇ। ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਤੈਨਾਤ ਹੈ, ਪੁਲਿਸ ਆਫਿਸਰਸ ਵੀ ਤੈਨਾਤ ਨੇ, ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ, ਪਰ ਸ਼ਾਂਤਮਈ ਢੰਗ ਨਾਲ ਹੈ ਕਿਸਾਨ ਰੇਲ ਨੂੰ ਰੋਕਣ ਦੇ ਲਈ ਬੈਠੇ ਨੇ। ਅਸੀਂ ਗੱਲ ਕਰਦੇ ਹਾਂ ਖੁਸਰ ਸਾਹਿਬ, ਕੀ ਪਲਾਨ ਹੈ ਜੀ ਇਹਨਾਂ ਦਾ? 12 ਵਜੇ ਤੋਂ 4 ਵਜੇ ਤੱਕ ਦਾ ਰੋਕਣ ਦਾ ਪ੍ਰੋਗਰਾਮ ਸੀਗਾ, ਰੇਲਵੇ ਸਟੇਸ਼ਨ 'ਤੇ ਵੀ ਇਹ ਧਰਨਾ ਲਗਾ ਦਿੱਤਾ ਅੱਜ ਜੀ। ਇੱਥੇ ਅੰਮ੍ਰਿਤਸਰ ਕਮਿਸ਼ਨ ਦੇ ਜੋ ਸਾਡਾ ਮੇਨ ਰੇਲਵੇ ਸਟੇਸ਼ਨ ਆ, ਇੱਥੇ ਚਰਨਜੀਤ ਸਿੰਘ ਗਾਲਬ ਅਤੇ ਉਹਨਾਂ ਦੇ ਭਾਰਤੀ ਕਿਸਾਨ ਯੂਨੀਅਨ ਦੀ ਸਾਰੇ ਜਥੇਬੰਦੀ ਵੱਲੋਂ ਇੱਥੇ ਧਰਨਾ ਕੀਤਾ ਗਿਆ ਵਾ। ਇਹਨਾਂ ਦੇ ਕੁਛ ਕਿਸਾਨੀ ਰਿਲੇਟਡ ਮੰਗਾਂ ਨੇ, ਜਿਸ ਦੇ ਤਹਿਤ ਇਹ ਅੱਜ ਪੂਰੇ ਪੰਜਾਬ ਦੇ ਵਿੱਚ ਅਲੱਗ ਅਲੱਗ ਜਗ੍ਹਾ ਧਰਨਾ ਲਾ ਰਹੇ ਨੇ। ਇਹਨਾਂ ਦਾ ਪ੍ਰੋਗਰਾਮ ਇਹ 12 ਤੋਂ 4 ਇੱਥੇ ਗਠਿਤ ਕੀਤਾ ਗਿਆ ਵਾ ਅਤੇ ਸਾਡੀ ਪੁਲਿਸ ਇੱਥੇ ਬਤੌਰ ਸਿਕਿਉਰਿਟੀ ਐਜ਼ ਇੱਥੇ ਖੜ੍ਹੀ ਹੈ ਜੀ। ਅੱਜ ਟ੍ਰੇਨਸ ਜਿਹੜੀਆਂ ਜਾਣੀਆਂ ਸੀ ਟਾਈਮ ਸਿਰ, ਹੁਣ ਉਹਨਾਂ ਨੂੰ ਕਿ ਲੇਟ ਕਰ ਦਿੱਤਾ ਗਿਆ, ਰੱਦ ਕਰ ਦਿੱਤਾ ਗਿਆ? ਨਹੀਂ ਜੀ, ਜੋ ਟ੍ਰੇਨਸ ਜਿਨ੍ਹਾਂ ਦਾ ਟਾਈਮਿੰਗ ਸੀਗਾ ਕਰੀਬ 11 ਵਜੇ ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ, ਉਹਨਾਂ ਨੂੰ ਲੇਟ ਕੀਤਾ ਗਿਆ ਜੀ। 4 ਵਜੇ ਤੋਂ ਬਾਅਦ ਹੀ ਉਹ ਸਾਰੀਆਂ ਟ੍ਰੇਨਾਂ ਚੱਲਣੀਆਂ ਜੀ। ਠੀਕ ਹੈ ਸਰ। ਸੋ ਜੇ ਤੁਸੀਂ ਸੁਣਿਆ ਕਿ ਜਿਹੜੀਆਂ ਟ੍ਰੇਨਸ ਜਾਣ ਦਾ ਸਮੇਂ ਹੈ ਇਸ ਟਨਿਓਰ ਦੇ ਵਿੱਚ, ਇਸ ਸਮੇਂ ਦੇ ਦੌਰਾਨ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਅਸੀਂ ਕਿਸਾਨ ਆਗੂਆਂ ਨਾਲ ਵੀ ਗੱਲ ਕਰਾਂਗੇ। ਸਰ, ਕੀ ਨਾਮ ਕੀ ਹੈ ਜੀ ਤੁਹਾਡਾ? ਮੈਂ ਚਰਨਜੀਤ ਸਿੰਘ ਗਾਲਬ, ਸੂਬਾ ਜਨਰਲ ਸੈਕਟਰੀ ਪੰਜਾਬ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ। ਅੱਜ ਕਿਸਾਨ ਜਥੇਬੰਦੀਆਂ ਵੱਲੋਂ ਵੱਖ ਵੱਖ ਪੰਜਾਬ 'ਚ ਰੇਲਵੇ ਸਟੇਸ਼ਨਾਂ ਦੇ ਵਿੱਚ ਚੱਕਾ ਜਾਮ ਕੀਤਾ ਗਿਆ, ਰੇਲ ਲਾਈਨ ਦੇ ਉੱਤੇ ਬੈਠੇ ਨੇ, ਬਾਕੀ ਵੀ ਬੈਠੇ ਨੇ ਅੱਜ ਕਿਸਾਨ, ਤੁਸੀਂ ਵੀ ਬੈਠੇ ਹੋ ਆਪਣੀਆਂ ਮੰਗਾਂ ਨੂੰ ਲੈ ਕੇ। ਮਗਰ ਜਿਹੜੇ ਯਾਤਰੂ ਜਿਨ੍ਹਾਂ ਨੇ ਆਪਣਾ ਡੈਸਟੀਨੇਸ਼ਨ 'ਤੇ ਜਾਣਾ ਸੀ, ਜਿਨ੍ਹਾਂ ਨੇ ਆਪਣੇ ਕੰਮ 'ਤੇ ਜਾਣਾ ਸੀਗਾ, ਉਹਨਾਂ ਨੂੰ ਪਰੇਸ਼ਾਨੀ ਨਹੀਂ ਹੋਏਗੀ? ਇਹਦੇ ਜੀ ਅਸੀਂ ਇਹਨਾਂ ਲੋਕਾਂ ਵਾਸਤੇ ਸਭ ਕੁਝ ਕਰ ਰਹੇ ਹਾਂ। ਜੇ MSP ਦਾ ਮੁੱਦਾ ਸਾਡਾ, MSP ਦਾ ਮੁੱਦਾ ਜਿਹੜਾ ਉਹ ਹਰ ਵਰਗ ਵਾਸਤੇ, ਹਰ ਉਹ ਇਨਸਾਨ ਵਾਸਤੇ ਆ ਜਿਹੜਾ ਰਾਤ ਨੂੰ 2 ਫੁਲਕੇ ਖਾ ਕੇ ਸੌਂਦਾ। ਜੇ MSP 'ਤੇ ਜਿਹੜੀ ਚੀਜ਼ ਵਿਕੂਗੀ ਉਹ ਹਰ ਇੱਕ ਬੰਦੇ ਨੂੰ ਕੰਟਰੋਲ ਰੇਟ 'ਤੇ ਮਿਲੂਗੀ। ਅੱਜ 5-7 ਰੁਪਏ ਟਮਾਟਰ ਖਰੀਦ ਕੇ ਅੱਜ 300 ਰੁਪਏ ਇਹ ਕਸਟਮਰ ਵਿਚਾਰਾ ਖਾ ਰਿਹਾ, ਜਿਹੜੇ ਲੋਕ ਆ 300 ਰੁਪਏ ਮੁੱਲ ਲੈ ਕੇ, ਕਿਲੋ ਮੁੱਲ ਲੈ ਕੇ ਖਾਣਾ ਪੈਣ ਡਿਆ। ਜੇ MSP ਗਰੰਟੀ ਕਾਨੂੰਨ ਬਣਦਾ ਅਤੇ ਉਹਦੇ ਨਾਲ MRP 'ਤੇ ਆਪ ਕੰਟਰੋਲ ਹੋਊਗਾ, ਵੱਧ ਤੋਂ ਵੱਧ ਜਿਹੜੀ 5 ਰੁਪਏ ਚੀਜ਼ ਖਰੀਦੀ ਆ ਉਹ ਸਟੋਰਾਂ ਦਾ ਕੋਲਡ ਸਟੋਰਾਂ ਦੂਜਾ ਤੀਜਾ ਖਰਚਾ ਪਾ ਕੇ 15 ਰੁਪਏ ਦੀ ਵੇਚ ਦੇਣਗੇ, ਨਾ ਕਿ ਉਹਦੇ ਨਾਲ
90 ਗੁਣਾ ਵੱਧ ਨਹੀਂ ਵੇਚ ਸਕਣਗੇ ਵਪਾਰੀ। ਇਹ ਸਿਰਫ ਵਪਾਰੀ ਵਰਗ ਨੂੰ ਨੱਥ ਪਾਉਣ ਵਾਸਤੇ ਆ। ਇਹਦੇ ਨਾਲ ਹਰ ਵਰਗ ਜਿਹੜਾ ਖੁਸ਼ਹਾਲ ਹੋਊਗਾ, ਹਰ ਵਰਗ ਜਿਹੜਾ ਰੋਟੀ ਸੁੱਖ ਦੀ ਰੋਟੀ ਥੋੜ੍ਹੇ ਪੈਸੇ 'ਚ ਰੋਟੀ ਕਮਾ ਕੇ ਖਾ ਸਕੂਗਾ। ਪਰ ਇਹ 12 ਵਜੇ ਤੋਂ 4 ਵਜੇ ਤੱਕ ਦਾ ਤੁਸੀਂ ਰੇਲ ਰੋਕੋ ਪੂਰੇ ਪੰਜਾਬ 'ਚ ਐਲਾਨ ਕੀਤਾ, ਅੱਜ ਰੋਕ ਵੀ ਰਹੇ ਹੋ ਤੁਸੀਂ ਉਹਨੂੰ, ਪਰ ਲੋਕ ਜਿਹੜੇ ਆਪਣੇ ਕਿਸੇ ਨੇ ਕਿਸੇ ਮਰਨ 'ਤੇ ਜਾਣਾ, ਕਿਸੇ ਨੇ ਖੁਸ਼ੀ ਦੇ ਮੌਕੇ 'ਤੇ ਜਾਣਾ, ਕਿਸੇ ਨੇ ਆਪਣੇ ਪੇਪਰ ਦੇਣੇ, ਕਿਸੇ ਨੇ ਫਲਾਈਟ ਫੜਨੀ ਹੈ, ਉਹ ਤੁਹਾਡੇ ਕਰਕੇ ਉਹਦੀ ਤਾਂ ਫਲਾਈ ਉਹਦਾ ਤਾਂ ਟ੍ਰੇਨ। ਮੇਰੀ ਬੇਨਤੀ ਸੁਣੋ ਜੀ, ਇਹ ਅੱਜ ਤਾਂ ਐਲਾਨ ਕੀਤਾ ਨਹੀਂ, ਇਹਨੂੰ ਐਲਾਨ ਕੀਤੇ ਨੂੰ ਅੱਜ ਕਿੰਨੇ ਦਿਨ ਹੋ ਗਿਆ? ਇਹ ਜਿੰਨਾ ਜਿੰਨਾ ਜਾਣਾ ਆਪਣੇ ਸਾਰੇ ਜਿਹੜੇ ਬੰਦੋਬਸਤ ਕਰ ਚੁੱਕੇ ਆ। ਇਹ ਤਾਂ ਹੁਣ ਆਪਾਂ ਇਹਨਾਂ ਲੋਕਾਂ ਦੀ ਲੜਾਈ ਲੜ ਰਹੇ, ਕੋਈ ਆਪਣੀ ਲੜਾਈ ਤਾਂ ਲੜ ਨਹੀਂ ਡੇ, ਮਜ਼ਦੂਰਾਂ ਦੀ ਲੜਾਈ ਲੜ ਰਹੇ ਹਾਂ, ਕਿਸਾਨਾਂ ਦੀ ਲੜ ਰਹੇ ਹਾਂ, ਦੁਕਾਨਦਾਰਾਂ ਦੀ ਲੜ ਰਹੇ, ਤੁਹਾਡੀ ਵੀ ਲੜ ਰਹੇ ਹਾਂ। ਤੁਹਾਨੂੰ ਵੀ ਉਹ ਆਟਾ 200 ਰੁਪਏ ਕਿਲੋ ਲੈ ਕੇ ਅਡਾਨੀ ਦੇ ਸਟੋਰਾਂ 'ਚੋਂ ਖਾਣਾ ਪਊਗਾ, ਇਹ ਨਹੀਂ ਵੀ ਸਾਨੂੰ ਹੀ ਖਾਣਾ ਪੈਣਾ। ਤੁਹਾਨੂੰ ਵੀ ਇਹ ਦਾਲਾਂ 200-300 ਰੁਪਏ ਮਿਲਣਗੀਆਂ ਜੇ ਇਹ ਨਹੀਂ ਅੱਜ ਇਹ ਕਾਨੂੰਨ ਜਿਹੜੇ ਸਰਕਾਰ ਨੇ ਸਾਡੇ ਦਾ ਮੰਗਾਂ 2021 'ਚ ਮੰਨੀਆਂ ਸੀਗੀਆਂ ਜੇ ਨਹੀਂ ਉਹ ਲਾਗੂ ਕਰਦੇ। WTO ਦਾ ਨਹੀਂ ਵਿਰੋਧ ਆਪਾਂ ਕਰਦੇ, WTO ਦਾ ਜੇ ਸਮਝੌਤਾ ਜੇ ਲਾਗੂ ਹੋ ਜਾਂਦਾ ਤਾਂ ਅੱਜ ਸਾਨੂੰ ਸਾਰਿਆਂ ਨੇ ਮੁੜ ਕੇ ਸੜਕਾਂ 'ਤੇ ਆਉਣਾ ਪਊ, ਪਰ ਮੁੜ ਕੇ ਤੁਹਾਡੇ ਕੋਲ ਸਮਾਂ ਨਹੀਂ ਬਚਣਾ। ਅੱਜ ਸਾਡੇ ਕੋਲ ਜੇ ਸਮਾਂ ਹੈਗਾ, ਮੁੜ ਕੇ ਇਹ ਦਿਨ ਦੀ ਆਪਾਂ ਉਡੀਕ ਕਰਾਂਗੇ, ਤੁਸੀਂ ਵੀ ਕਰਨੀ ਆ ਸੜਕਾਂ 'ਤੇ ਬਹਿਣ ਦੀ, ਪਰ ਮੁੜ ਕੇ ਤੁਹਾਡੇ ਕੋਲ ਸਮਾਂ ਚੱਲ ਜਾਂਦਾ ਰਹਿਣਾ। ਗਰਮ ਜੀ, ਜਿਸ ਤਰ੍ਹਾਂ ਕਿ ਹੁਣ ਅੱਜ ਕੱਲ੍ਹ ਦੇ ਵਿੱਚ ਕੋਡ ਆਫ ਕੰਡਕਟ ਲੱਗ ਜਾਏਗਾ, ਕਿਆ ਅਸੀਂ ਸਾਡੀਆਂ ਮੰਗਾਂ ਉੱਥੇ ਰਹਿ ਜਾਣਗੀਆਂ? ਬਿਲਕੁਲ ਜੀ, ਕੋਡ ਆਫ ਕੰਡਕਟ ਲੱਗ ਜੂਗਾ, ਸਾਡੇ ਪ੍ਰਦਰਸ਼ਨ ਇੱਦਾਂ ਹੀ ਜਾਰੀ ਰਹਿਣਗੇ। ਅੱਜ ਸਰਕਾਰ ਰੋਕਣ ਡਈ, ਅਸੀਂ ਤਾਂ ਰੋਕਦੇ ਨਹੀਂ ਜੀ, ਅਸੀਂ ਤਾਂ ਕੋਈ ਰਸਤਾ ਬੰਦ ਨਹੀਂ ਕੀਤਾ, ਕੋਈ ਚੀਜ਼ ਬਲੌਕ ਨਹੀਂ ਕੀਤੀ। ਅੱਜ ਸਾਡੇ ਨੌਜਵਾਨ ਬਾਰਡਰਾਂ 'ਤੇ ਸ਼ਹੀਦ ਹੋਏ ਆ, ਕੁਝ ਕਾਫੀ ਕਿਸਾਨ ਸ਼ਹੀਦ ਹੋ ਗਏ ਆ, 200 ਤੋਂ ਵੱਧ ਸਾਡੇ ਸ਼ੰਭੂ ਬਾਰਡਰ 'ਤੇ ਬਟਰਾ 250 ਦੇ ਕਰੀਬ, ਜਿਹੜੇ ਬਹੁਤ ਜ਼ਿਆਦਾ ਗੰਭੀਰ ਰੂਪ ਜ਼ਖਮੀ ਆ। ਇਸ ਕਰਕੇ ਕਿਸੇ ਦੀਆਂ ਅੱਖਾਂ ਜਾ ਚੁੱਕੀਆਂ, ਕਿਸੇ ਦੀ ਲੱਤ ਜਾ ਚੁੱਕੀ ਆ। ਇਸ ਕਰਕੇ ਜੇ ਸਰਕਾਰ ਨੂੰ ਜਗਾਉਣ ਵਾਸਤੇ ਅੱਜ 4 ਘੰਟੇ ਦਾ ਸਮਾਂ ਦਿੱਤਾ, ਜੇ ਸਰਕਾਰ ਫਿਰ ਵੀ ਨਹੀਂ ਜਾਗਦੀ, ਇਹਨਾਂ ਮੰਗਾਂ ਦੇ ਉੱਤੇ ਗੌਰ ਨਹੀਂ ਕਰਦੀ, ਅਤੇ ਫਿਰ ਅਗਲਾ ਜਿਹੜਾ ਨਵੇਂ ਤੋਂ ਨਵਾਂ ਐਕਸ਼ਨ ਹੋਊਗਾ, ਜਾਂ ਤਾਂ ਸਰਕਾਰ ਸਾਨੂੰ ਪੱਕਾ ਵੱਖ ਕਰ ਦੂਗੀ ਪੰਜਾਬ ਨੂੰ, ਹਰਿਆਣੇ ਨੂੰ, ਅਤੇ ਜਾਂ ਫਿਰ ਜੇ ਜਿਹੜੀਆਂ ਮੰਗਾਂ ਸਾਡੀਆਂ ਮੰਨ ਲੂਗੀ। ਮੇਰਾ ਸਵਾਲ ਸੀਗਾ ਕਿ ਵੀ ਕੋਡ ਆਫ ਕੰਡਕਟ ਲੱਗ ਜਾਏਗਾ, ਫਿਰ ਮੰਗਾਂ ਮੰਨਣ ਵਾਲਾ ਕੋਈ ਨਹੀਂ ਹੈ, ਕਿਉਂਕਿ ਉਦੋਂ ਸਰਕਾਰ ਦੇ ਹੱਥ ਵੱਧ ਕੁਛ ਨਹੀਂ ਰਹੇਗਾ। ਮੇਰੀ ਬੇਨਤੀ ਸੁਣੋ ਜੀ, ਕੋਡ ਆਫ ਕੰਡਕਟ ਲੱਗ ਜੂ, ਸਰਕਾਰ ਨੇ ਅੱਗੇ ਵਾਸਤੇ ਆਉਣ ਵਾਸਤੇ ਤਾਂ ਆਪਣੀਆਂ ਤਿਆਰੀਆਂ ਕਰਨੀਆਂ ਨਾ, ਜੇ ਅਸੀਂ ਕੋਡ ਆਫ ਕੰਡਕਟ ਦੇ ਵਿੱਚ ਵੀ ਸਾਡੇ ਪ੍ਰਦਰਸ਼ਨ ਇੱਦਾਂ ਜਾਰੀ ਰਹਿਣਗੇ, ਪ੍ਰਦਰਸ਼ਨ ਨਹੀਂ ਰੁਕੂਗਾ ਜਦ ਤੱਕ ਕੋਈ ਨਿਆਂ ਨਹੀਂ ਮਿਲਦਾ। ਸੋ ਤੁਸੀਂ ਦੇਖਿਆ ਕਿ ਕਿਸਾਨ ਭਾਰਤੀ ਕਿਸਾਨ ਮਜ਼ਦੂਰ ਜਿਹੜੀ ਯੂਨੀਅਨ ਹੈ ਉਹਨਾਂ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਤੇ ਧਰਨਾ ਲਗਾਇਆ ਗਿਆ ਹੈ, ਜਿਸ ਤਰ੍ਹਾਂ ਕਿ ਸੰਯੁਕਤ ਮੋਰਚੇ ਦਾ ਆਹਵਾਨ ਸੀਗਾ ਕਿ ਰੇਲ ਰੋਕੋ ਦਾ ਪ੍ਰੋਗਰਾਮ ਸੀਗਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਦਾ, ਰੇਲ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਰੇਲ ਰੋਕਣਗੇ। ਹੁਣ ਰੇਲ ਰੋਕਣ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਪੂਰੇ ਪੰਜਾਬ 'ਚ ਇਸ ਤਰ੍ਹਾਂ ਦਾ ਪ੍ਰਦਰਸ਼ਨ ਚੱਲ ਰਹੇ ਨੇ, ਪਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਠੀਕ 12 ਵਜੇ ਇਹ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਵਰਕਰ ਨੇ ਉਹ ਇੱਥੇ ਪਹੁੰਚ ਗਏ ਨੇ, ਔਰ ਰੇਲਵੇ ਲਾਈਨ 'ਤੇ ਹੀ ਉਹਨਾਂ ਨੂੰ ਵੱਲੋਂ ਦਰੀ ਵਿਛਾ ਲਈਆਂ ਗਈਆਂ ਨੇ, ਔਰ ਝੰਡਿਆਂ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਔਰ ਜਿਹੜੀਆਂ ਟ੍ਰੇਨ ਸੀਗੀਆਂ ਉਹ ਜਿਨ੍ਹਾਂ ਦਾ ਸਮੇਂ ਸੀਗਾ 12 ਵਜੇ ਤੋਂ 4 ਵਜੇ ਤੱਕ ਦਾ, ਉਹ ਸਮੇਂ ਦੇ ਤਹਿਤ ਕੁਛ ਲੇਟ ਕਰ ਦਿੱਤਾ ਗਿਆ ਹੈ, ਟ੍ਰੇਨਾਂ ਨੂੰ ਰੱਦ ਨਹੀਂ ਕੀਤਾ ਗਿਆ ਹੈ, ਉਹ ਟ੍ਰੇਨਾਂ ਹੁਣ 4 ਵਜੇ ਤੋਂ ਬਾਅਦ ਚੱਲਣਗੀਆਂ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ TV, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।